फाइनली गाइस है ना सही होगी स्कूटर ही, पहले गियर से सही है ना बंद कर दिए स्कूटर दा बस आही नजारे ने देखो है ना। ए ओ माय गॉड नाल बोटा मंगन तो पहला पहला हरेक पिंड च खड़के हाथ जोड़ते सी हुण ओही ना गड़ करके आना दूर दूर तक इत्थे कोई नहीं आना सुनसान जमा एरिया गा। हेलो हेलो ओ तेरी गुस्से जा मुंडा कहंदे गर्मी आ गई सी लेकिन दोबारे फिर सैलरी भी लिखा रही है ਤੁਹਾਨੂੰ ਤਾਂ ਫੋਲੋ ਚੜੀ ਵੀ ਹਨਾ ਤੇ ਬਈ ਤੁਹਾਡੀ ਪਾਰਟੀ ਜਿੱਤ ਗਈ ਝੰਡੇ ਲਾਏ ਬਰਬਾਦ ਨਹੀਂ ਹੋਏ ਹਨਾ ਲਾਉਣ ਦੀ ਲੋੜ ਝੰਡੇ ਬਰਬਾਦ ਹੋ ਜਾਣਗੇ ਜੀ ਝੰਡੇ ਹੋ ਹੀ ਨਹੀਂ ਸਕਦੇ ਤਾਂ ਕਦੇ ਵੀ ਨਹੀਂ ਹੋ ਸਕਦਾ ਘੱਟੋ ਘੱਟ 50-60 ਸਾਲਾਂ ਬਾਅਦ ਦੇਸ਼ ਯਾਦ ਹੋਇਆ ਜੀ ਇੱਕ ਤਰ੍ਹਾਂ ਹੁਣ ਅੱਜ ਮੈਂ ਨਵੀਆਂ ਸ਼ਰਟਾਂ ਆਰਡਰ ਕਰਨੀਆਂ ਸੀਗੀਆਂ ਦੇਖਦਾ ਕਿ ਤੇਰੇ ਤੋਂ ਨਿਗਾਹ ਹਟਦੀ ਨਹੀਂ ਜਦੋਂ ਹੋ ਕੇ ਆਉਣੀਆਂ ਤਿਆਰ ਬਾਕੀਆਂ ਵਾਂਗੂ ਟਾਈਮ ਪਾਸ ਕਰਦੇ ਨਹੀਂ ਤੈਨੂੰ ਕਰਦੇ ਆ ਸੱਚੇ ਦਿਲੋਂ ਪਿਆਰ ਨਾ ਹੁਣ ਲੱਗਿਆ ਮੈਂ ਤੇ ਫਾਈਨਲੀ ਹਨਾ ਗਰਮੀਆਂ ਆ ਗਈਆਂ ਤਾਂ ਹੁਣ ਖੇਲਾਂ 'ਚ ਨਹਾਉਣ ਦਾ ਵੀ ਟਾਈਮ ਆ ਗਿਆ ਤਾਂ ਆਪਾਂ ਕਿਰਨ ਤੁਰਤਾ ਪਈ ਪੂਰੀ ਬੰਦ ਹੋ ਗਈ ਮੁੜ ਕੇ ਬਸ ਉਵੇਂ ਸਕਰੀਨ ਡਾਗੀ ਪਲਾਕਾ ਮਾਰੂ ਇੱਥੋਂ ਯਾਰ ਤੇ ਕਰੰਟ ਦੀ ਪ੍ਰੋਬਲਮ ਆ ਰਹੀ ਆ ਨਾ ਬੈਟਰੀਆਂ ਕਰੰਟ ਨਹੀਂ ਦੇ ਰਹੀਆਂ ਕਿ ਬਿਨਾਂ ਮਿਹਨਤ ਤੋਂ ਕੰਮ ਨਹੀਂ ਸਫਲ ਹੁੰਦਾ ਇਹ ਕੰਮ ਹੈ ਨਹੀਂ ਇੰਨਾ ਸੌਖਾ ਤੇ ਅੱਜ ਸਕੂਟਰੀ ਨੇ ਬੁਰਾ ਹਾਲ ਕਰਤਾ ਰਾਹ ਦੇ ਵਿੱਚ ਵਿਚਾਲੀ ਦੇਤਾ ਧੋਖਾ। ਹਾਂਜੀ ਵੈਲਕਮ ਟੂ ਅਨਦਰ ਵਲੌਗ ਐਂਡ ਸਾਰਿਆਂ ਨੂੰ ਪ੍ਰੀ ਸਤਿ ਸ੍ਰੀ ਅਕਾਲ। ਤੇ ਲੋ ਫਾਈਨਲੀ ਗਾਈਸ ਹਨਾ ਸਹੀ ਹੋ ਗਈ ਸਕੂਟਰ ਹੀ ਰੇਸ ਵੀ ਫੜਨ ਲੱਗ ਗਈ ਹਨਾ ਦੇਖੋ 38 ਤੇ ਵੱਗ ਗਈ ਪਹਿਲੇ ਗੇਅਰ 'ਚ ਸਹੀ ਹੈ ਨਾ। 3:21 ਦਾ ਟਾਈਮ ਅਤੇ ਹੁਣ ਚੱਲਦੇ ਹਾਂ ਬਾਣਾ ਪਿੰਡ ਅਤੇ ਜਿਹੜੀਆਂ ਪੈਂਟਾਂ ਹੀ ਫੜਾ ਕੇ ਆਇਆ ਸੀਗਾ ਉਹ ਪਾ ਲੈ ਕੇ ਆਉਣੀਆਂ ਨੇ ਵਾਪਸ ਹਨਾ ਅਤੇ ਕੱਢ ਲਈ ਸਕੂਟਰੀ ਲਗਾਈ ਸੀ ਹਨਾ। ਹੁਣ ਅਸੀਂ ਮੁੜ ਪਏ ਤਾਂ ਪੈਂਟ ਤਾਂ ਆਪਾਂ ਨੂੰ ਮਿਲੀ ਜਾਣੀ ਹਨਾ ਇੱਕ ਪੈਂਟ ਤਿਆਰ ਹੋ ਗਈ ਸੀ ਇੱਕ ਹੋਈ ਨਹੀਂ ਸੀ ਹਨਾ ਮੈਂ ਕਿਹਾ ਚੱਲ ਕੋਈ ਨਹੀਂ ਦੋਨੇ ਇਕੱਠੀ ਲੈ ਜਾਵਾਂਗੇ ਤਾਂ ਫਿਲਹਾਲ ਕੁਛ ਇਹੋ ਜਿਹਾ ਵੈਦਰ ਹੋਇਆ ਪਿਆ ਮੱਥੇ 'ਤੇ ਜਮ੍ਹਾਂ ਸੂਰਜ ਹੈ ਅਤੇ ਕਹਿੰਦੇ ਸਕੂਟਰੀ ਦਾ ਬਸ ਆਹੀ ਨਜ਼ਾਰੇ ਨੇ ਦੇਖੋ ਹਨਾ ਇੱਧਰ ਕਰੂਜ਼ ਕੰਟਰੋਲ ਲੱਗਿਆ ਹੋਇਆ ਹਨਾ ਰੇਸਵਾਂ ਕੁਝ ਨਹੀਂ ਦੇ ਰਿਹਾ ਆਪਣੇ ਚੱਲ ਰਹੀ ਆ 12 ਦੇ ਬੰਨੀ ਵੀ ਹਨਾ ਤਾਂ ਇੱਧਰ ਚੌਂਕੜੀ ਮਾਰੀ ਮੌਜਾਂ ਨਾਲ ਬੈਠਾ ਮੈਂ ਆਇਓ ਗੱਲਾਂ ਗੱਲਾਂ ਮੋਬਾਇਲ ਤੇਰਾ ਗਾਇਸ ਗੱਲਾਂ ਗੱਲਾਂ ਮੋਬਾਇਲ ਹਟ ਜਾ ਪੂਈਏ ਨੇ ਮੜਾਏ ਬਾਈ ਬਣ ਕੇ ਕੀ ਕੰਮ ਕਰ ਰਹੇ ਹੋ ਤੁਸੀਂ ਨੌਨਸੈਂਸ ਉਹ ਤੇਰੀ ਦੇਖੋ ਗਾਇਸ ਦੇਖੋ ਉਹ ਦੇਖੋ ਗਾਇਸ ਏ ਓ ਮਾਈ ਗਾਡ ਵੀ ਓ ਤੇਰੀ ਲੋ ਗਾਇਸ ਦਿਸ ਇਜ਼ ਵਾਟਰ ਐਂਡ ਦਿਸ ਇਜ਼ ਜਵਾਕ ਐਂਡ ਜ਼ੋਰ ਨਾਲ ਓ ਮਾਈ ਗਾਡ ਦਿਸ ਇਜ਼ ਵਾਟ ਮੇਰੇ ਪੈਸ਼ਨ ਕੰਮ ਇਹ ਕੰਪਨੀ ਕਿਆ ਕਿਆ ਓ ਤੇਰੀ ਜੇ ਬੁਲਾਉਣਾ ਤਾਂ ਬੁਲਾ ਲਓ ਨਹੀਂ ਬੁਲਾਉਣਾ ਕੋਈ ਚੱਕਰ ਨਹੀਂ ਜੇ ਅਸੀਂ ਬੁਲਾਉਣੋਂ ਹਟ ਕੇ ਮੁੜ ਕੇ ਨਹੀਂ ਬੁਲਾਉਣਾ ਇੰਨੀ ਮਾੜੀ ਹੈਗੀ ਆ ਸਾਡੀ ਹਿੰਡ ਅਤੇ ਫਿਲਹਾਲ ਗਾਈ 4:54 ਦਾ ਟਾਈਮ ਆ ਅਤੇ ਹੁਣ ਆਪਾਂ ਗੇੜੇ ਦੇ ਨੂੰ ਚੱਲਦੇ ਹਾਂ ਪਿੰਡ ਗੇੜੇ ਦੇ ਨਜ਼ਾਰੇ ਹੈ ਨਾ ਇੱਕ ਦੋ ਕੰਮ ਨੇ ਉਹ ਕਰਨ ਜਾ ਰਿਹਾ ਉਹਨੂੰ ਮੈਨੂੰ ਲੱਗਦਾ ਪਤਾ ਨਹੀਂ ਹੈ ਨਾ ਮੈਂ ਆਲਰੇਡੀ ਪਹੇ ਜੀ ਫਿਰਦਾ ਉਹ ਘਰ ਭਾਲੀਆਂ ਦਊ ਮੈਨੂੰ ਲੱਗਦਾ ਜਿਹੜੀ ਮੈਂ ਸ਼ਹਿਰੀ ਦੀ ਪਹਿਲੀ ਲੈਣਾ ਉਹ ਗਲਤ ਬੋਲ ਗਿਆ ਥੋੜ੍ਹਾ ਜਿਹਾ ਹੋਰ ਕੁਛ ਬੋਲਣਾ ਸੀ ਉਹਨਾਂ ਕਈ ਕਹਿੰਦੇ ਸੀ ਕੰਮ ਤਾਂ ਇੱਥੋਂ ਕੋਈ ਹੋਣਾ ਨਹੀਂ ਆਹ ਲੈ ਕਰਕੇ ਦਿਖਾਤਾ ਇੰਨੀ ਮਾੜੀ ਹੈਗੀ ਆ ਜੱਟ ਦੀ ਹਿੰਡ ਹੁਣ 5 ਦਾ ਟਾਈਮ ਹੈ ਫਾਈਨਲੀ ਚੱਕ ਕੇ ਸਕੂਟਰੀ ਚੱਲਦੇ ਹੁਣ ਆਪਾਂ ਪਿੰਡ ਅਤੇ ਆਹ ਕਿਵੇਂ ਲੱਗੀ ਹੈ ਨਾ ਇਹ ਵੀ ਠੀਕ ਠਾਕ ਜੀ ਸੀ ਚਲੋ ਕੋਈ ਨਹੀਂ ਹੋਰ ਸੋਚਣੇ ਚਲੋ ਇੰਨਾ ਟਾਈਮ ਨਹੀਂ ਗਾ ਫਿਲਹਾਲ ਆਇਆ ਹੋ ਆ ਗਿਆ ਚੱਲ ਹੈ ਨਾ ਟਰਾਈਪੋਡ ਨਾਲ ਥੋੜ੍ਹਾ ਜਿਹਾ ਮੋਬਾਇਲ ਤੋਂ ਦੂਰ ਰਹਿਣ ਲੱਗ ਗਿਆ ਹੈ ਨਾ ਥੋੜ੍ਹੀ ਜਿਹੀ ਫੀਲਿੰਗ ਜਿਹੀ ਗੁੱਡਾਉਣ ਲੱਗ ਗਈ ਹੁਣ ਮੈਂ ਬਾਂਹ ਸਿੱਧੀ ਕਰ ਲੈਣਾ ਚਾਹਵਾਂ ਫਾਈਨਲੀ ਚੱਲ ਪਏ ਹੁਣ ਆਪਾਂ ਪਿੰਡ ਨੂੰ ਹੈ ਨਾ ਅਤੇ ਗਾਈਸ 5:08 ਦਾ ਟਾਈਮ ਅਤੇ ਫਾਈਨਲੀ ਹੈ ਨਾ ਯਾਰ ਪਹੁੰਚ ਗਏ ਖਿਚਾਉਣ ਫੋਟੋਆਂ ਹੈ ਨਾ ਅਤੇ ਆਪਾਂ ਸਾਡੇ ਪਿੰਡ ਬਿਜੀ ਹੋਣੀ ਆਮ ਪਾਰਟੀ ਵਾਲਾ ਬੰਦਾ ਨੇ ਕਿਹਾ 3-4 ਪੁਲਸਾਂ ਦੀ ਗੱਡੀਆਂ ਸੀ ਨਾਲ ਹੈ ਨਾ ਤਾਂ ਵੋਟਾਂ ਮੰਗਣ ਤੋਂ ਪਹਿਲਾਂ ਹਰੇਕ ਪਿੰਡ 'ਚ ਖੜ੍ਹ ਕੇ ਹੱਥ ਜੋੜਦੇ ਸੀ ਹੁਣ ਉਹੀ ਨੰਗਾ ਟੱਕਰ ਕੇ ਹੈ ਨਾ ਅਤੇ ਫਿਲਹਾਲ ਹੈ ਨਾ ਦੂਰ ਦੂਰ ਤੱਕ ਇੱਥੇ ਕੋਈ ਨਹੀਂ ਆਉਣਾ ਸੁਨਸਾਨ ਜਮ੍ਹਾਂ ਏਰੀਆ ਹੈਗਾ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਖਿੱਚਦੇ ਆਪਾਂ ਫੋਟੋਆਂ ਹੈ ਨਾ ਇੱਕ ਦੋ ਉਦੋਂ ਬਾਅਦ ਚੱਲਦੇ ਹਾਂ ਦੁਬਾਰੇ ਘਰ ਨੂੰ ਫੋਟੋਆਂ ਆਪਣੀਆਂ ਹੋ ਚੁੱਕੀਆਂ ਨੇ ਅਨਸਕਸੈਸਫੁੱਲ ਹੈ ਨਾ ਅਤੇ ਹੁਣ ਆਪਾਂ ਘਰ ਨੂੰ ਦੁਬਾਰੇ ਵਾਪਸ ਮੁੜਦੇ ਅੱਜ ਧੁੱਪੀ ਖਰਾਬ ਆ ਪਤਾ ਨਹੀਂ ਗੰਗੀ ਖਰਾਬ ਆ ਹੈ ਨਾ ਫੋਟੋ ਦੋਨਾਂ ਦੀ ਨਹੀਂ ਵਧੀਆ ਨਾ ਕੋਈ ਵੀਡੀਓ ਹੁਣ ਆਪਾਂ ਸਕੂਟਰੀ ਥੋੜ੍ਹੀ ਡਾਕਟਰੀ ਕਰਦੇ ਕੱਲ੍ਹ ਆਪਾਂ ਸਕੂਟਰੀ ਖੋਲੀ ਸੀ ਹੈ ਨਾ ਤਾਂ ਕਰਕੇ ਨੱਟ ਸਹੀ ਨਹੀਂ ਵੱਜੇ ਤਾਂ ਮੂਹਰੋਂ ਹੁਣ ਖੜਕਦੀ ਆ ਤਾਂ ਹੁਣ ਦੁਬਾਰੇ ਆਪਾਂ ਸਕੂਟਰੀ ਨੂੰ ਰਿਪੇਅਰ ਕਰ ਦਿਆਂਗੇ ਆਹ ਨੱਟ ਖੋਲਣਾ ਇਹੀ ਨੱਟ ਖੋਲ ਕੇ ਦੁਬਾਰੇ ਕਰਨਾ ਇਹਦੇ ਸਾਰੀ ਹੈ ਨਾ ਸਾਰਾ ਕੰਮ ਜਿਹਾ ਹੋਇਆ ਪੈਦਾ ਤਾਂ ਹੁਣ ਤਾਂ ਖੋਲ ਹੋਣਾ ਖੜ ਛੀਟ ਖੋਲ ਕੀ ਕਰਨੀ ਆ ਉੱਤੇ ਬੈਠਾ ਇਹ ਕੋ ਹੱਥ ਨਾਲ ਖੋਲਣ ਨੂੰ ਕਿਹਾ ਖੋਲ ਪ੍ਰਧਾਨ ਨਾ ਬਣ ਤੂੰ ਪਰਾਂ ਹੋਇਆ ਹੁਣ ਪਤਾ ਨਹੀਂ ਇਹ ਲੋਹੇ ਨੂੰ ਬਸ ਨੰਬਰ ਦੇ ਮਾ ਲੋਹੇ ਦਾ ਠੀਕ ਆ ਏ ਟੀ ਰੀ ਨਾ ਰੀਸੈਟ ਚ ਇਹ ਪੈਂਦਾ ਟੀ ਪੈਂਦਾ ਰੀਸੈਟ ਰੀਸ
हो गया। हाँ देखो आ, देखो आ की हो गया। ओ भाई की हो गया। आ तुसी ओ तेरी देख सकदे हो, मुंडा इन्ने गुस्से दे विच देख सकदे। देखो कंटेंट ही कंटेंट देखो। ले ओ भाई मंजा मिलया नहीं तेनू? ओ हेलो मंजा है नहीं? हेलो ओ तेरी गुस्से जा मुंडा कहंदे मैं ढाक ले आंबी आ। डांग लेके आ गई। ए ए पैगी 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 मैं दब के मारू टूई दे। मैं हरी सो मैंने खेज ना चढ़ा। खड़ा हो जा, मैं टूई तोड़ दूं। खड़ा हो जा, खड़ा खड़ा हो, खड़ा हो, खड़ा हो। हां मैं दस खड़ा हो के दस की। अरे पैसे वाले मारे दिखा। The next day. हाँ जी गाइस, तो सारे प्रिपरी है ना। गुड मॉर्निंग, सवेरे सवेरे 7:14 का टाइम है। अच्छा अपना दिन है अड़ी संडे है ना, तो फिलहाल संडे वाला वैदर तुम मगर चेक कर सकते हो। गर्मी आ गई सी लेकिन दोबारे फिर सैलरी फीलिंग आ रही है। धुंद फुल चढ़ी भी है ना। ਗਾਈਜ਼ ਜਾਣਾ ਮੰਮੀ ਡੈਡੀ ਤੇ ਜਾ ਰਹੇ ਆ ਨਾ, ਰਿਸ਼ਤੇਦਾਰੀ 'ਚ ਤਾਂ ਇਕੱਲੇ ਘਰੇ ਆ ਨਾ। ਗਾਈਜ਼ ਜਾਣਾ ਦੋ ਦਿਨ ਹੋ ਗਏ ਵੀਡੀਓ ਆਈ ਨੂੰ ਹੈ ਨਾ, ਮਤਲਬ ਹੁਣ ਤਿਆਰ ਹੋਈ ਹੈ ਕਿ ਮਤਲਬ ਨਾ ਹੁਣ ਮੈਂ ਸ਼ਡਿਊਲ ਲਾਉਣਾ ਵੀਡੀਓ ਬਸ। ਵੈਸੇ ਤਾਂ 8 ਵਜੇ ਨਹੀਂ ਹੁੰਦੀ, 8:30 ਹੋ ਗਏ ਤਾਂ ਕੋਈ ਨਹੀਂ, 9 ਵਜੇ ਵੀਡੀਓ ਆ ਜੂਗੀ। ਤੇ ਮੋਟਰਸਾਈਕਲ ਧੋ ਧੂ ਕੇ ਜਮਾਂ ਤਿਆਰ ਨੇ, ਤੇ ਤਾਂ ਕਿੱਧਰ ਚੱਲਿਓ ਬਈ ਫਿਰ? ਅਜੀ ਭੋਤ ਤੇ ਚੱਲਿਆ ਜੀ, ਰਿਸ਼ਤੇਦਾਰੀ 'ਚ। ਅੱਛਾ ਤੇ ਬਈ ਤੁਹਾਡੀ ਪਾਰਟੀ ਜਿੱਤ ਗਈ, ਝੰਡੇ ਲਾਏ ਬਰਬਾਦ ਨਹੀਂ ਹੋਏ ਹੈ ਨਾ, ਲਾਉਣ ਦੀ ਲੋੜ? ਬਰਬਾਦ ਹੋ ਜਾਣਗੇ ਜੀ, ਝੰਡੇ ਹੋ ਹੀ ਨਹੀਂ ਸਕਦੇ, ਤਾਂ ਕਦੇ ਵੀ ਨਹੀਂ ਹੋ ਸਕਦਾ। ਖੁਸ਼ੀ ਹੋਈ ਆ ਜੀ, ਇਹ ਤਾਂ ਘੱਟੋ ਘੱਟ 50-60 ਸਾਲਾਂ ਬਾਅਦ ਦੇਸ਼ ਯਾਦ ਹੋਇਆ ਜੀ ਇੱਕ ਤਰ੍ਹਾਂ ਦਾ। ਹਾਂ ਸਰਕਾਰਾਂ ਤੋਂ ਯਾਦ ਹੋਇਆ, ਇਹੋ ਜਿਹੀਆਂ ਸਰਕਾਰਾਂ ਗੰਦੀਆਂ ਜਿਹੜੀਆਂ ਕਦੇ ਜ਼ਿੰਦਗੀ 'ਚ ਬਣਾਉਣ, ਜਿਹੜੀਆਂ ਨੇ ਇੰਨਾ ਭ੍ਰਿਸ਼ਟਾਚਾਰ ਕਰ ਸਕਿਆ ਗਾ। ਹੁਣ ਤੁਹਾਨੂੰ ਹੈਗੀ ਉਮੀਦ ਵੀ ਕੁਛ ਨਾ ਕੁਛ ਬਦਲੂ ਹੁਣ ਪੰਜਾਬ ਦਾ? ਕੁਛ ਬਦਲੂ ਜੀ, ਬੱਚਿਆਂ ਦੀਆਂ ਸਹੂਲਤਾਂ ਬਹੁਤ ਬਦਲਣਗੀਆਂ, ਜਿਹੜੀ ਇਹਨਾਂ ਨੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰ ਛੱਡੀ ਸੀ, ਇਹਨਾਂ ਨੇ ਇੰਨੀਆਂ ਸਹੂਲਤਾਂ ਬਦਲਣਗੀਆਂ, ਤੁਸੀਂ ਗੱਲ ਹੀ ਛੱਡ ਦਿਓ ਜੀ। ਫਿਲਹਾਲ ਹੈ ਨਾ 9:51 ਦਾ ਟਾਈਮ ਆ, ਅਤੇ ਪਹਿਲਾਂ ਪੰਨਾ ਆਉਣ ਵਾਲਾ ਕੰਮ ਨਿਬੇੜ ਦਿਓ, ਉਹ ਤੋਂ ਬਾਅਦ ਹੈ ਨਾ ਆਟੇ ਚੱਕੀ ਦੇ ਹੈ ਨਾ, 2-3 ਘੱਟੇ ਆਟੇ ਦਾਣੇ ਦੇ ਵੀ ਧਰੇ ਪੈਣੇ, ਅੱਜ ਉਹ ਵੀ ਚੱਕ ਲਿਆਵਾਂਗੇ। ਤਾਂ ਬੈਲਟਾਂ ਬੁੰਡਾਂ ਬਣਾਈਆਂ ਨੇ ਉਹ ਵੀ ਫੜ ਕੇ ਲਿਆਉਣਾ, ਅਤੇ ਅੱਜ ਮੈਂ ਨਵੀਆਂ ਸ਼ਰਟਾਂ ਔਡਰ ਕਰਨੀਆਂ ਸੀਗੀਆਂ, ਦੇਖਦਾ। ਵੈਸੇ ਕਰੂੰ ਤਾਂ ਇਹੋ ਜਿਹੀ ਹੈ ਨਾ, ਮਤਲਬ ਇਹੋ ਜਿਹੀ ਸ਼ਰਟ ਔਡਰ ਕਰੂੰਗਾ, ਟੀ ਸ਼ਰਟ ਨਹੀਂ ਔਡਰ ਕਰਦਾ। ਟੀ ਸ਼ਰਟਾਂ ਮੇਰੇ ਕੋਲ ਆਲਰੇਡੀ 5 ਪਈਆਂ ਨੇ ਹੈ ਨਾ, ਇਹਨਾਂ ਨੂੰ ਵਿੱਚ ਲਾ ਕੇ 5 ਪਈਆਂ ਨੇ, ਤਾਂ ਸਿੰਪਲ ਕਰੂੰਗਾ, ਅਤੇ 2-3 ਜੀਨਾਂ ਲਿਆਊਂਗਾ। ਕਿ ਤੇਰੇ ਤੋਂ ਨਿਗਾਹ ਹਟਦੀ ਨਹੀਂ ਜਦੋਂ ਹੋ ਕੇ ਆਉਣੀ ਆ ਤਿਆਰ, ਬਾਕੀਆਂ ਵਾਂਗੂ ਟਾਈਮ ਪਾਸ ਕਰਦੇ ਨਹੀਂ, ਤੈਨੂੰ ਕਰਦੇ ਹਾਂ ਸੱਚੇ ਦਿਲੋਂ ਪਿਆਰ। ਅਤੇ ਗਾਈਸ ਟਾਈਮ ਆ 10:30 ਦਾ ਨਾ, ਅਤੇ ਨਾਲੇ ਤਿਆਰ ਹੋ ਗਏ, ਅਤੇ ਹੁਣ ਘਰੇ ਤਾਂ ਵੇਖ ਨਹੀਂ ਆ ਨਾ, ਚਾਚੂ ਬਣਾਉਣ ਵਾਲਾ ਤਾਂ ਆਪਾਂ ਕੌਫੀ ਬਣਾ ਲੈਂਦੇ ਹਾਂ। ਆਪਣੇ ਘਰੇ ਮਹਿਮਾਨ ਆ ਚੁੱਕੇ ਨੇ ਹੈ ਨਾ, ਸਾਨੂੰ ਮਿਲਾਉਣੇ ਆ, ਅਤੇ ਇੱਧਰ ਬੜੇ ਠੀਕ ਆ ਭਾਜੀ। ਬਾਈ ਕੀ ਕਰਨ ਆਇਆ ਤੁਸੀਂ? ਦੇਖੀ ਗੇਮ ਦਾ ਨਾਂ ਹੈਗਾ, ਦੇਖੀ ਮਾੜਾ ਜਾ ਗਲਤ ਤਾਂ ਭਰੀ ਬੈਠਾ, ਲੈ ਉਹਦਾ ਉਹੀ ਹੈਂਗ ਹੋ ਜਾਂਦਾ ਯਾਰ, ਗਲਤ ਟੱਚ ਕਰੀ ਜਾਂਦਾ ਉਹਦੀ। ਆਏ ਆ ਭਰ ਆ ਲਿਪਟਨ ਮਨੀ ਭਰ, ਫੇਰ ਸੈੱਟ ਹੋਊਗੀ ਗੇਮ ਦਾ। ਆਉਣ ਲੱਗਿਆ ਮੈਂ ਨਹਾਉਣ ਜੀ, ਆਏ ਨਾਲੇ ਤਿਆਰੀ ਕਰੀ ਜਾਂਦੇ ਹਾਂ। ਅਤੇ ਫਾਈਨਲੀ ਆ ਨਾ ਗਰਮੀਆਂ ਆ ਗਈਆਂ, ਤਾਂ ਹੁਣ ਖੇਲਾਂ 'ਚ ਨਹਾਉਣ ਦਾ ਵੀ ਟਾਈਮ ਆ ਗਿਆ, ਤਾਂ ਆਪਾਂ ਵੀ ਨਹਾਵਾਂਗੇ, ਥੋੜ੍ਹੇ ਦਿਨ ਹੋਰ ਲੰਘ ਜਾਂਦੋ, ਇਹਨੂੰ ਥੋੜ੍ਹੀ ਜ਼ਿਆਦਾ ਗਾ ਲਈਏ, ਤਾਂ ਇਹ ਖੇਲ 'ਚ ਮਾਰਨ ਲਈ ਖੇਲ ਤਿਆਰ ਆ ਹੈ ਨਾ। ਛਾਲ ਚੱਲ ਚੱਲ ਮਾਰ 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 ਹੋਰ ਨਾ ਮਾਰੀ ਛਾਲ, ਹੁਣ ਮਜ਼ਾ ਆ ਗਿਆ ਵਾ। ਲੈ ਸਕੰਟ ਜੀ ਨਿਕਲਿਆ ਹਲਿਆ ਬਾਰੇ। ਓਹੋ ਲੋਕ ਆਈ ਸਨ ਤਾਂ ਉਹ ਤਾਂ ਲੱਗ ਗਿਆ ਨਹਾਉਣ, ਤਾਂ ਆਪਾਂ ਵੀ ਉਹਦਾ ਕੰਮ ਕਰਦੇ ਹਾਂ, ਕਰਨ ਵਾਲਾ ਸਹੀ ਨੇ। ਕੰਮ ਤਾਂ ਆ ਗਿਆ ਕੌਫੀ ਪਾਊਡਰ, ਉਹ ਤਿੜੀ ਹੁਣ ਥੋੜ੍ਹਾ ਜਿਹਾ ਟਾਈਮ ਆਉਣਾ ਘਰੇ ਕੰਮ ਕਰਨ ਦਾ, ਹਲਕਾ ਜੀ 2% ਹੀ ਹੈ ਨਾ। ਖੜ ਜਾ ਪਿਆਉਣੇ ਤੈਨੂੰ ਪਾਣੀ, ਇੱਕ ਮਿੰਟ ਖੜ ਜਾ ਇੱਥੋਂ ਉੱਪੜੇ। ਓਹੋ ਪੀਊਗੀ ਪੀਊਗੀ ਪੀਊਗੀ, ਵੜ ਜਾ ਕੱਖ ਕੱਖ ਤੇ। ਨਵੀਂ ਸਰਕਾਰ ਆ ਗਈ ਫਿਰ ਕਿਵੇਂ ਲੱਗਦਾ ਤੈਨੂੰ? ਹੈਂ ਕੰਮ ਕਰੂਗੀ? ਰਾਮਦਾਰੀ ਆ ਗਈ ਹੈ, ਆਜ਼ਾਦ ਹੋ ਗਿਆ ਦੇਸ਼। ਅਤੇ ਲੋਕ ਆਈ ਆਪਾਂ ਪਿੰਡ ਆਏ ਹਾਂ ਹੈ ਨਾ, ਪਿੰਡ ਵੀ ਨਹੀਂ ਆਉਂਦਾ ਚਲੇ ਆਇਆ, ਅਤੇ ਆਪਣੀ ਸਕੂਟਰੀ ਹੋ ਗਈ ਖਰਾਬ, ਅਤੇ ਆਹ ਦੇਖੋ ਮੁੰਡਾ ਲੈ ਆਉਂਦਾ ਕਹਿੰਦਾ ਸਕੂਟਰੀ ਹੈ ਨਾ। ਘਰੇ ਗੇੜਾ ਮੈਂ ਇੱਕ ਲਾਇਆ ਮਾਸੀ ਨੂੰ ਉਤਾਰਿਆ, ਅਤੇ ਹੁਣ ਉੱਥੇ ਹਰਮਨ ਅਤੇ ਰੀਸ਼ੂ ਨੇ
ਆ ਕੇਰਾ ਨੁਕਸ ਪੈ ਜੇ ਮੁੜ ਕੇ ਹਾਲਾ ਲੋਟ ਹੀ ਨਹੀਂ ਆਉਂਦਾ ਤੱਕ ਲਓ ਗਾਈ ਸਕੂਟਰੀ ਆ ਜਾਾਂਗੇ ਜਾਨ ਤੇ ਤੇ ਸਕੂਟਰ ਦੀ ਕੁਛ ਐ ਜੀ ਹਾਲਤ ਹੋਇਆ ਕੀ ਸੀ ਓਏ ਆਂਦੇ ਆਂਦੇ ਹਨਾ ਹਾਂ ਮੈਂ ਤਾਂ ਮੋੜ ਲਈ ਹਾਂ ਜਿਹੜੇ ਬੈਠਣ ਲੱਗੀ ਪੂਆ ਮੈਂ ਤੋਰੀ ਹਾਂ ਤੋਰ ਕੇਰਾਂ ਤੁਰਤਾ ਪਈ ਪੂਰੀ ਬੰਦ ਹੋ ਗਈ ਮੁੜ ਕੇ ਬਸ ਉਵੇਂ ਸਕਰੀਨ ਡਾ ਗਈ जे तारा तूरा असि खोल के रखी पीने जे तारा तूरा जुड़ गई मैं सीधा तह जाऊ रबड़ तो है लोहा फटूगी मैं मरवाएगा तू ओ चले गए टक्कर के लै गए ਆਪਾਂ ਨੂੰ ਛੱਡ ਕੇ ਕੱਲਾ ਤੇ ਆਪਦੇ ਕੰਮਾਂ ਕਾਰਾਂ ਜੀ ਬੀਜੀ ਰਹਿੰਦੇ ਆ ਲੈ ਕੇ ਦਿੱਤਾ ਨਹੀਂ ਹਜੇ ਤੱਕ ਕਿਸੇ ਨੂੰ ਛੱਲਾ ਆਹ ਦੇਖੋ 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 ਭਾਈ ਦੇਖੋ ਲੈ ਦੇਖੋ ਕੀ ਬਾਤ ਦੇਖੋ ਦੇਖੋ ਐਂ ਪਲੇਅਰ ਇਹ ਭਾਈ ਕਿੱਥੋਂ ਆਏ ਹੋ ਖੇਡਣ ਇਹ ਅਸੀਂ ਮਹਿਲ ਕਲਾਂ ਤੋਂ ਆਏ ਜੀ ਮਹਿਲ ਕਲਾਂ ਤੋਂ ਸਪੈਸ਼ਲ ਮਤਲਬ ਸਾਡੇ ਵਿਹੜੇ ਹੀ ਮਿਲਿਆ ਤੁਹਾਨੂੰ ਪ੍ਰੈਕਟਿਸ ਕਰਨ ਖਾਤਰ ਲੈ ਹੁਣ ਥਾਪੜੋ ਥਾਪੜੀ ਆਹ ਦੇਖੋ ਥਾਪੜੋ ਥਾਪੜੀ चलो फिर आपको मिलते हम नेक्स्ट ब्लॉग।